उम्र 22 साल और लोगों को अपना कारोबार दिखा रहा था सैलून का और इसकी आड़ में काम करता था नशा तस्करी का। इसका पर्दाफाश किया है अमृतसर के CIA स्टाफ 2 की पुलिस पार्टी की ओर से। इस बात की जानकारी देते हुए अमृतसर के पश्चिमी इलाके के ACP कमलजीत सिंह ने बताया कि CIA स्टाफ 2 की पुलिस पार्टी की ओर से एक व्यक्ति को गिरफ्तार कर नशा तस्करी के एक रैकेट का पर्दाफाश किया गया है और पुलिस पार्टी की ओर से आरोपी से 400 ग्राम हेरोइन और एक डिजिटल कंडा भी बरामद किया गया है। और जब इसको पुलिस ने गिरफ्तार किया तो ये एक व्यक्ति को हेरोइन की सप्लाई करने जा रहा था। ਇਹ ਅੱਜ ਦੀ ਪ੍ਰੈਸ ਬਾਈਟ ਜਿਹੜੀ ਦਿੱਤੀ ਜਾ ਰਹੀ ਹੈ ਇਹ CIA 2 ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਨੇ ਇਹਨਾਂ ਦੀ ਟੀਮ ਦੇ SI ਲਾਜਪਤ ਰਾਏ ਵੱਲੋਂ 400 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ। ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਉਹਨਾਂ ਦੀਆਂ ਦਿਸ਼ਾ ਨਿਰਦੇਸ਼ ਹੇਠ ਅੰਮ੍ਰਿਤਸਰ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਗਈ ਆ ਉਹਦੀ ਲੜੀ ਦੇ ਵਿੱਚ ਹਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੈਰਸ ਐਵਨਿਊ ਛਿਆਟਾ ਅੰਮ੍ਰਿਤਸਰ ਪਾਸੋਂ ਗਸ਼ਤ ਦੇ ਦੌਰਾਨ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਔਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਆ। ਮੌਕੇ ਦੇ ਉੱਤੇ ਗ੍ਰਿਫਤਾਰ ਕਰਕੇ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਆ। ਇਹਦੀ ਰਿਮਾਂਡ ਲੈ ਕੇ ਅਸੀਂ ਇਹਦੀ ਹੋਰ ਪੁੱਛਗਿੱਛ ਕਰਕੇ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕ ਦਾ ਪਤਾ ਕਰਾਂਗੇ। ਇਹਦੇ ਵਿੱਚ ਇੱਕ ਹੋਰ ਦੋਸ਼ੀ ਸੰਦੀਪ ਸਿੰਘ ਉਰਫ ਸਾਬੀ ਜਿਹੜਾ ਆ ਉਹਦਾ ਵੀ ਨਾਂ ਆਇਆ, ਉਹ FIR ਦੇ ਵਿੱਚ ਮੈਂਸ਼ਨ ਕੀਤਾ ਗਿਆ, ਉਹ ਅਜੇ ਤੱਕ ਫਰਾਰ ਆ, ਉਹਨੂੰ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਸਰ ਉਮਰ ਕਿੰਨੀ ਇਹਨਾਂ ਦੀ? ਇਹਦੀ ਉਮਰ 22 ਸਾਲ ਆ ਜੀ। ਸਰ ਕਿੱਥੋਂ ਲਿਆਉਂਦੇ ਜੀ ਸਮਾਨ? ਇਹ ਇਹਨਾਂ ਦਾ ਨਾ ਸੰਦੀਪ ਸਿੰਘ ਸਾਬੀ ਇਹਨਾਂ ਨੂੰ ਦੇ ਕੇ ਗਿਆ ਹੈਗਾ ਸੀਗਾ, ਜਿਹੜਾ ਦੋਸ਼ੀ ਫਰਾਰ ਹੈਗਾ ਆ, ਔਰ ਇਹਨੂੰ ਵੇਚਣ ਲਈ ਅੱਗੇ ਦਿੰਦਾ ਸੀਗਾ ਕਿ ਤੂੰ ਇੰਨੇ ਜਿਹੜੇ ਆ ਥੋੜ੍ਹਾ ਥੋੜ੍ਹਾ ਕਰਕੇ ਵੇਚੀ ਜਾ। ਇਹਨੇ ਪਹਿਲਾਂ ਵੀ ਕੁਛ ਬੰਦਿਆਂ ਨੂੰ ਵੇਚੀ ਸੀ, ਹੁਣ ਸਾਨੂੰ ਜਿਹੜੇ ਆ ਪੈਟਰੋਲਿੰਗ ਦੌਰਾਨ ਇਨਫੋਰਮੇਸ਼ਨ ਮਿਲੀ ਸੀਗੀ ਔਰ ਉਹਦੀ ਇਨਫੋਰਮੇਸ਼ਨ ਦੇ ਉੱਤੇ ਅਸੀਂ ਰਿਕਵਰੀ ਕੀਤੀ ਹੈ ਜੀ। ਇਹ ਜੀ ਇਹ ਤਾਂ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਕਰਾਂਗੇ। ਇਹ ਪੀਂਦਾ ਤਾਂ ਨਹੀਂ ਹੈਗਾ ਬਟ ਇਹ ਆਪਣੇ ਆਰਥਿਕ ਫਾਇਦੇ ਦੇ ਲਈ ਇਹ ਵੇਚਦਾ ਸੀਗਾ, ਸੰਦੀਪ ਸਿੰਘ ਸਾਬੀ ਦਾ ਮਾਲ ਵੇਚਦਾ ਸੀ। बहरहाल पुलिस की ओर से आरोपी को अदालत में पेश किया जाएगा और रिमांड हासिल कर उससे बारीकी से पूछताछ की जाएगी और उसके सभी लिंक पता करके इस धंधे के साथ जुड़े और व्यक्तियों को भी गिरफ्तार किया जाएगा। ब्यूरो रिपोर्ट, पंजाब केसरी TV।